ਜੀ ਸਤਿ ਸ਼੍ਰੀ ਅਕਾਲ ਅਤੇ ਨਾਲੇ ਜਿਹੜੀ ਤੁਹਾਡੀ ਹੁਣ ਡਿਊਟੀ ਬਣਦੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਦਿਉ ਇੱਦਾਂ ਉਂਗਲ ਮਾਰ ਕੇ ਨਾਲ ਹੀ ਬੈੱਲ ਆਈਕੋਨ ਬਣਿਆ ਹੋਇਆ ਘੰਟੀ ਜਿਹੀ ਉਹਦੇ 'ਤੇ ਵੀ ਮਾਰ ਦਿਉ ਕਿਉਂਕਿ ਜਦੋਂ ਕੋਈ ਨਵੀਂ ਚੀਜ਼ ਅਸੀਂ ਹੋਰ ਪਾਈ ਤਾਂ ਤੁਹਾਨੂੰ ਨਾਲ ਦੀ ਨਾਲ ਨੋਟੀਫਿਕੇਸ਼ਨ ਆ ਜੂਗੀ ਸੋ ਕਰ ਲਓ ਸਬਸਕ੍ਰਾਈਬ। ਸਰਕਾਰੀ ਸਕੂਲ ਦੇ ਪ੍ਰਿੰਸੀਪਲ ਅਤੇ ਦੋ ਮਹਿਲਾ ਅਧਿਆਪਕਾਂ ਦੀ ਇਤਰਾਜ਼ਯੋਗ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ। ਇਹ ਮਾਮਲਾ ਹੁਸ਼ਿਆਰਪੁਰ ਦੇ ਤਲਵਾੜਾ ਦੇ ਦਾਤਾਪੁਰ ਦਾ ਹੈ, ਜਿੱਥੇ ਸੀਨੀਅਰ ਸੈਕੰਡਰੀ ਸਕੂਲ ਵਿੱਚ ਪ੍ਰਿੰਸੀਪਲ ਅਤੇ ਦੋ ਮਹਿਲਾ ਅਧਿਆਪਕ ਅਸ਼ਲੀਲ ਹਰਕਤਾਂ ਕਰਦੇ ਹੋਏ ਦਿਖਾਈ ਦੇ ਰਹੇ ਨੇ। ਇਹ ਵੀਡੀਓ ਪੂਰੇ ਖੇਤਰ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਅਤੇ ਤੇਜ਼ੀ ਨਾਲ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ। ਕੱਲ੍ਹ ਮੈਨੂੰ ਨਾ ਇਹਦੇ ਬਾਰੇ ਜਾਣਕਾਰੀ ਮਿਲੀ, ਫਿਰ ਮੈਂ ਉਸੇ ਵਕਤ ਜਿਹੜਾ ਨਾ ਟੀਮ ਬਣਾ ਦਿੱਤੀ ਇਨਕੁਆਇਰੀ ਦੀ, ਉਹਦੇ ਵਿੱਚ ਡਿਪਟੀ ਡੀ ਓ ਰਕੇਸ਼ ਕੁਮਾਰ ਅਤੇ ਮੈਡਮ ਸੁਦੇਸ਼ ਕੁਮਾਰੀ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਤਲਵਾੜਾ ਦੀ, ਉਹਨਾਂ ਨੇ ਟੀਮ ਬਣਾ ਦਿੱਤੀ। ਉਹ ਇਨਕੁਆਇਰੀ ਉਹਨਾਂ ਨੂੰ ਕੱਲ੍ਹ ਹੀ ਜਿਹੜਾ ਉਹਨਾਂ ਦੇ ਮੋਬਾਈਲ 'ਤੇ ਭੇਜ ਦਿੱਤੀ ਗਈ ਸੀ, ਉਹਨਾਂ ਨੂੰ ਫੋਨ ਵੀ ਕਰ ਦਿੱਤੇ ਤਾਂ ਉਹ ਅੱਜ ਇਨਕੁਆਇਰੀ ਜਿਹੜਾ ਰਿਪੋਰਟ ਗਏ ਆ ਇਨਕੁਆਇਰੀ ਕਰਨ। ਰਿਪੋਰਟ ਆਏਗੀ ਜੇ ਇਹ ਜਿਹੜੀ ਬੜੀ ਮੰਦ ਭਾਗੀ ਘਟਨਾ ਆ, ਬੜਾ ਦੁੱਖ ਦੀ ਗੱਲ ਆ ਕਿ ਇਸ ਪਵਿੱਤਰ ਸੰਸਥਾ ਇੰਸਟੀਚਿਊਟ ਦੇ ਵਿੱਚ ਜੇ ਇੱਦਾਂ ਦੀ ਘਟਨਾ ਤਾਂ ਉਹਨਾਂ ਨੂੰ ਕਦੀ ਬਖਸ਼ਿਆ ਨਹੀਂ ਜਾਏਗਾ, ਉਹਨਾਂ ਦੇ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ। ਸਰ ਉਸਕੇ ਰਿਗਾਰਡਿੰਗ ਜ਼ਿਲ੍ਹਾ ਸਿੱਖਿਆ ਅਫਸਰ ਜੀ ਨੇ ਹਮਾਰੀ ਡਿਊਟੀ ਲਗਾਈ ਹੈ ਇਨਕੁਆਇਰੀ ਕਰਨੇ ਕੇ ਲੀਏ, ਔਰ ਜੋ ਵੀ ਉਸਕੇ ਰਿਗਾਰਡਿੰਗ ਫੈਕਟ ਸਾਹਮਣੇ ਆਉਂਗੇ ਉਸਕੀ ਰਿਪੋਰਟ ਦੇ ਦੀਜੀਏ। ਇਸ ਮਾਮਲੇ ਨੂੰ ਗੰਭੀਰ ਦੇਖਦੇ ਹੋਏ ਸਿੱਖਿਆ ਵਿਭਾਗ ਦੇ ਜਾਂਚ ਦੇ ਆਦੇਸ਼ ਦਿੱਤੇ ਨੇ। ਇਸ ਤੋਂ ਬਾਅਦ ਸਕੂਲ ਦੀ ਜਾਂਚ ਲਈ ਪ੍ਰਿੰਸੀਪਲ ਸੁਰੇਸ਼ ਕੁਮਾਰੀ ਅਤੇ ਡਿਪਟੀ ਡੀਈਓ ਰਕੇਸ਼ ਕੁਮਾਰ ਮੌਕੇ ਤੇ ਪਹੁੰਚੇ। ਉਹਨਾਂ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਜਾਂਚ ਕੀਤੀ ਜਾ ਰਹੀ ਹੈ ਅਤੇ ਜੋ ਵੀ ਤੱਥ ਸਾਹਮਣੇ ਆਉਣਗੇ ਉਸ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ। ਜੇਕਰ ਸੱਚ ਬੋਲਣਾ ਸੱਚ ਲਿਖਣਾ ਬਗਾਵਤ ਹੈ ਤਾਂ ਸਮਝੋ ਅਸੀਂ ਬਾਗੀ ਹਾਂ। ਸੱਚ ਅਤੇ ਹੱਕ ਦੀ ਆਵਾਜ਼, ਦੁਨੀਆ ਦੇ ਹਰ ਕੋਨੇ ਕੋਨੇ ਦੀ ਗੱਲ, ਪੰਜਾਬ ਟੀਵੀ ਕਰੇਗਾ ਸੱਚ ਦਾ ਖੁਲਾਸਾ। ਤੁਸੀਂ ਦੇਖਦੇ ਰਹੋ ਪੰਜਾਬ ਟੀਵੀ, ਸੱਚ ਅਤੇ ਹੱਕ ਦੀ ਆਵਾਜ਼।